ਮੈਂ ਮੋਬਾਈਲ ਤੇ ਸਰਚ ਕਰ ਰਹੀ ਸੀ ਸਟੱਡੀ ਨੂੰ ਲੈ ਕੇ ਕਪੂਰਥਲਾ ਦੇ ਵਿੱਚ ਬੈਸਟ ਇੰਸਟੀਟਿਊਟ ਕਿਹੜਾ ਜੀ ਉਹਨਾਂ ਨੇ ਮੈਨੂੰ ਦੱਸਿਆ ਕਿ ਫੁਆਰਾ ਚੌਂਕ ਕਪੂਰਥਲਾ ਦੇ ਵਿੱਚ ਆਈਕੈਨ ਇੰਸਟੀਟਿਊਟ ਬੈਸਟ ਇੰਸਟੀਟਿਊਟ ਹੈ ਆਓ ਦੇਖਦੇ ਹਾਂ ਕਿਹੋ ਜਿਹੀਆਂ ਸਰਵਿਸਿਜ਼ ਦੇ ਰਿਹਾ ਜੀ ਕਪੂਰਥਲਾ ਵਿਖੇ ਆਈਕੈਨ ਸਟੱਡੀ ਇੰਸਟੀਟਿਊਟ ਸੋ ਫਰੈਂਡਸ ਆਈਕੈਨ ਦੇ ਵਿੱਚ ਬਹੁਤ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਟੂਡੈਂਟ ਨੂੰ ਲੈ ਕੇ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਜੀ ਪੀ ਟੀ ਨੇ ਕਲਾਸਿਸ ਇੱਦਾਂ ਸ਼ਿਫਟ ਕੀਤੀਆਂ ਗਈਆਂ ਨੇ ਜਦਕਿ ਆਲਸ ਦੀ ਕੋਚਿੰਗ ਇਸ ਸਾਈਡ 'ਤੇ ਦਿੱਤੀ ਜਾ ਰਹੀ ਹੈ ਔਰ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜੀ ਇੰਗਲਿਸ਼ ਦੀ ਸਪੀਕਿੰਗ ਸੈਕਸ਼ਨ ਦੇ ਵਿੱਚ ਸਪੀਕਿੰਗ ਮੋਡਿਊਲ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਇੰਡੀਵਿਜੁਅਲੀ ਸਪੀਕਿੰਗ ਕਰਵਾਈ ਜਾਂਦੀ ਹੈ ਵਨ ਟੂ ਵਨ ਅਟੈਂਸ਼ਨ ਦਿੱਤੀ ਜਾਂਦੀ ਹੈ ਦੈਟਸ ਵਾਈ ਮੈਨੂੰ ਲੱਗ ਰਿਹਾ ਕਿ ਆਈਕੈਨ ਇੱਕ ਕਪੂਰਥਲੇ ਦੇ ਵਿੱਚ ਆਪਣੀ ਇੱਕ ਵੱਖਰੀ ਜਗ੍ਹਾ 'ਤੇ ਪਹਿਚਾਣ ਬਣਾਈ ਹੋਈ ਹੈ ਆਓ ਤੁਹਾਨੂੰ ਕਲਾਸਿਸ ਦਿਖਾ ਰਹੇ ਹਾਂ ਜੀ ਬੱਚੇ ਕੀ ਕਰ ਰਹੇ ਨੇ ਅਤੇ ਟੀਚਰਸ ਕਿਵੇਂ ਪੜ੍ਹਾ ਰਹੇ ਨੇ ਬੱਚਿਆਂ ਨੂੰ My name is Gurleen Kaur and I am a student of iCAN Institute and I am going to share my experience regarding this institution. From Monday to Friday, there is a regular classes of the Ielts module and then on Friday, Saturday, there is a mock test and then Monday, there is a group discussion where students can talk about their problems and the group discussion is also organized by the teacher to enhance the confidence of the students and there is also audio visual aid where students can understand the complex concept easily so it is the best institution in the town. Hello ma'am. ਮੈਮ ਜਿਵੇਂ ਕਿ ਮੈਂ ਤੁਹਾਨੂੰ ਅੰਦਰ ਦੇਖਿਆ ਤੁਸੀਂ ਕਿ ਇੱਥੇ ਆਲਸ ਦੀ ਟ੍ਰੇਨਿੰਗ ਕਰਨ ਲਈ ਪਤਾ ਕਰਨ ਆਏ ਸੀ ਜਾਂ ਵੀਜ਼ਾ ਬਾਰੇ ਨਹੀਂ ਐਕਚੁਅਲੀ ਮੈਮ ਮੈਂ ਇੱਥੇ ਆਪਣਾ ਵੀਜ਼ਾ ਲਗਵਾਉਣ ਆਈ ਸੀ ਬਿਕੋਜ਼ ਐਜ਼ ਆਈਲਸ ਮੈਂ ਇੱਥੇ ਕੀਤੀ ਆ ਅਤੇ ਆਈ ਗੋਟ 8 ਬੈਂਡਸ ਵਿਦ 9 ਇਨ ਲਿਸਨਿੰਗ ਐਂਡ ਰੀਡਿੰਗ ਅਤੇ ਬਹੁਤ ਅੱਛਾ ਇੰਸਟੀਟਿਊਟ ਆ ਇੱਥੋਂ ਦੀ ਸਟੱਡੀ ਵੀ ਬਹੁਤ ਸਹੀ ਹੈ ਐਂਡ ਮੇਰੇ ਕਾਫੀ ਫਰੈਂਡਸ ਨੇ ਇੱਥੋਂ ਆਈਲਸ ਕਰਕੇ ਐਂਡ ਕੈਨੇਡਾ ਦੀ ਫਾਈਲ ਲਗਵਾਈ ਸੀ ਦੇ ਗੋਟ ਦੇਅਰ ਵੀਜ਼ਾਸ ਐਂਡ ਮੈਂ ਵੀ ਬਿਕੋਜ਼ ਇਟ ਬਹੁਤ ਟਰੱਸਟਵਰਦੀ ਐਂਡ ਈਵਨ ਮਾਰਕੀਟ ਵਿੱਚ ਵੀ ਰਿਪਿਊਟਿਡ ਹੈ ਕਾਫੀ ਜ਼ਿਆਦਾ ਅਤੇ ਇਸ ਲਈ ਆਈ ਡਿਸਾਈਡਿਡ ਕਿ ਮੈਂ ਇੱਥੋਂ ਹੀ ਆਪਣੀ ਫਾਈਲ ਲਗਵਾਉਂਗੀ ਅਤੇ ਕੈਨੇਡਾ ਲਈ ਟਰਾਈ ਕਰੂੰਗੀ ਐਂਡ ਹੋਪਫੁਲੀ ਆਈ ਵਿਲ ਗੈਟ ਇਟ Infrastructure of this institute is very reasonable and affordable as compared to their services. ਜੀ ਫਰੈਂਡਸ ਆਈ ਕੈਨ ਦਾ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਜੀ ਮੇਰੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਹਾਂ ਜੀ ਉਹਨਾਂ ਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਗੁਰਪ੍ਰੀਤ ਜੀ ਇਹ ਜਾਣਨਾ ਚਾਹਾਂਗੇ ਆਈ ਕੈਨ ਨੇ ਜੀ ਸਟੱਡੀ ਨੂੰ ਲੈ ਕੇ ਸਟੱਡੀ ਇੰਸਟੀਟਿਊਟ ਨੂੰ ਲੈ ਕੇ ਇੱਕ ਵੱਖਰੀ ਜਗ੍ਹਾ 'ਤੇ ਪਹਿਚਾਣ ਬਣਾਈ ਹੈ ਕਪੂਰਥਲੇ ਦੇ ਵਿੱਚ ਕੀ ਖਾਸ ਰੀਜ਼ਨ ਮੰਨਦੇ ਹੋ ਦੇਖੋ ਮੇਨ ਰੀਜ਼ਨ ਇਹ ਹੈ ਜੀ ਕਿ ਸਾਡੀ ਸਾਰੀ ਟੀਮ ਹੀ ਬੜਾ ਇੱਕ ਸਕਸੈਸ ਓਰੀਐਂਟਡ ਅਪਰੋਚ ਲੈ ਕੇ ਚੱਲਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਜੋ ਵੀ ਡ੍ਰੀਮ ਗੋਲ ਸਾਡੇ ਕੋਲ ਲੈ ਕੇ ਆ ਰਹੇ ਅਸੀਂ ਉਹਨਾਂ ਨੂੰ ਅਚੀਵ ਕਰਵਾਈਏ ਵੈਦਰ ਬੱਚੇ ਇਹ ਚੀਜ਼ ਲੈ ਕੇ ਆ ਰਹੇ ਆ ਕਿ ਉਹ ਚਾਹੁੰਦੇ ਨੇ ਕਿ ਉਹਨਾਂ ਦੇ 7-inch ਬੈਂਡ ਆਉਣ ਜਿਹੜੇ ਕਿ ਅੱਜ ਕੱਲ੍ਹ PR ਲਈ ਕਾਫੀ ਰਿਕੁਆਇਰਡ ਹੈਗਾ ਈਵਨ ਸਟੱਡੀ ਵੀਜ਼ਾ ਦੇ ਲਈ 6-inch ਬੈਂਡਸ ਦੀ ਅੱਜ ਕੱਲ੍ਹ ਰਿਕੁਆਇਰਮੈਂਟ ਕੈਨੇਡਾ ਨੇ ਰੱਖੀ ਹੋਈ ਹੈ ਜੋ ਕਿ ਬੱਚਿਆਂ ਨੂੰ ਕਾਫੀ ਟਫ ਲੱਗਦਾ ਬਟ ਆਈਕੈਨ ਦੇ ਵਿੱਚ ਬੱਚੇ ਇਹ ਚੀਜ਼ ਬੜੀ ਈਜ਼ੀਲੀ ਅਚੀਵ ਕਰ ਲੈਂਦੇ ਆ ਕਿਉਂਕਿ ਸਟਾਫ ਜਿਹੜਾ ਸਾਡੇ ਕੋਲ ਹੈ ਦੇ ਆਰ ਵੈਰੀ ਹਾਰਡ ਵਰਕਿੰਗ ਐਂਡ ਬੇਸਿਕਲੀ ਸਟਾਫ ਮੈਂਬਰਸ ਕੁਛ ਮਨਿੰਦਰ ਜੀ ਨੇ ਉਹ ਸਾਡੇ ਕੋਲ ਨਿਊਜ਼ੀਲੈਂਡ ਤੋਂ ਆਏ ਹੋਏ ਨੇ ਸੋ ਜਿਹੜੇ ਕਿ ਬੜਾ ਅੱਛਾ ਗਾਈਡ ਕਰਦੇ ਨੇ ਬੱਚਿਆਂ ਨੂੰ ਇਸ ਤੋਂ ਇਲਾਵਾ ਅਸੀਂ ਬੈਂਕਿੰਗ ਐਂਡ ਕੰਪਿਊਟਰਸ ਸਪੋਕਨ ਇੰਗਲਿਸ਼ ਇਹਦੀ ਵੀ ਟ੍ਰੇਨਿੰਗ ਦਿੰਦੇ ਹਾਂ ਬੈਂਕਿੰਗ ਐਂਡ ਕੰਪਿਊਟਰਸ ਦੇ ਲਈ ਸਾਡੇ ਕੋਲ ਇੱਕ ਅਲੱਗ ਤੋਂ ਕੈਂਪਸ ਹੈ ਕਿਉਂਕਿ ਉਹ ਇੱਕ ਅਲੱਗ ਬਿਲਕੁਲ ਸਬਜੈਕਟ ਹੋ ਜਾਂਦਾ ਇੱਕ ਅਲੱਗ ਤਰ੍ਹਾਂ ਦੇ ਕਨਸੈਪਟਸ ਨੇ ਗਵਰਨਮੈਂਟ ਜੋਬਸ ਦੀ ਪ੍ਰਿਪਰੇਸ਼ਨ ਦੇ ਲਈ ਉਹਦਾ ਸਾਡਾ ਕੈਂਪਸ ਅਲੱਗ ਹੈਗਾ ਜੀ ਉਹ ਕੈਂਪਸ 2 ਹੈ ਕਿਹੜੀ ਕਿਹੜੀ ਕੰਟਰੀ ਦੇ ਵੀਜ਼ਾ ਨੂੰ ਲੈ ਕੇ ਡੀਲ ਕਰ ਰਹੇ ਦੇਖੋ ਮੇਨਲੀ ਅਸੀਂ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਹਦੇ ਵਿੱਚ ਡੀਲ ਕਰ ਰਹੇ ਹਾਂ ਇਨ ਐਡੀਸ਼ਨ ਟੂ ਦੈਟ USA ਐਂਡ UK ਦੇ ਵਿੱਚ ਵੀ ਅਸੀਂ ਡੀਲ ਕਰਦੇ ਹਾਂ ਸਰ ਇੱਕ ਹੋਰ ਚੀਜ਼ ਮੈਂ ਦੇਖੀ ਕਿ ਤੁਸੀਂ ਬੱਚਿਆਂ ਨੂੰ ਇੱਕ ਅਵਾਰਡ ਦੇ ਨਾਲ ਸਨਮਾਨਿਤ ਕਰ ਰਹੇ ਸੀ ਇਸ ਇਜ਼ ਅਵਾਰਡ ਸੀ ਜੀ ਉਹ
ਬੇਸਿਕਲੀ ਉਹ ਜੀ ਰੀਸੈਂਟਲੀ ਸਾਡੇ ਕੁਛ ਰਿਜ਼ਲਟਸ ਆਏ ਨੇ ਬਹੁਤ ਅੱਛੇ ਬੱਚਿਆਂ ਦੇ 7.57 ਬੈਂਡਸ ਜਿਨ੍ਹਾਂ ਨੇ ਹੁਣੇ ਰੀਸੈਂਟ ਜਿਹੜਾ 13 ਨੂੰ ਰਿਜ਼ਲਟ ਆਇਆ 13 ਦਾ ਐਗਜ਼ਾਮ ਸੀਗਾ ਫਿਰ 15 ਦਾ ਐਗਜ਼ਾਮ ਸੀਗਾ ਤਾਂ ਉਹਨਾਂ ਦੇ ਰਿਜ਼ਲਟਸ ਦੇ ਰਿਗਾਰਡਿੰਗ ਹੀ ਅਸੀਂ ਉਹਨਾਂ ਨੂੰ ਅਵਾਰਡ ਦੇ ਰਹੇ ਸੀ ਸਿਰਫ ਪੰਜਾਬ ਭਰ ਦੇ ਜਿਹੜੇ ਦਰਸ਼ਕ ਹੈ ਤੁਹਾਨੂੰ ਮੇਰੇ ਸਟੂਡੈਂਟਸ ਨੇ ਉਹ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਜੀ ਉਹਨਾਂ ਨੂੰ ਦੇਖੋ ਮੈਸੇਜ ਤਾਂ ਮੈਂ ਇਹੀ ਦੇਣਾ ਚਾਹਾਂਗਾ ਜੀ ਕਿ ਆਇਲਸ ਬੜਾ ਹੀ ਇੱਕ ਟੈਕਨੀਕਲ ਟਾਈਪ ਆਫ ਐਗਜ਼ਾਮ ਹੈਗਾ ਜਿਹੜੇ ਵੀ ਬੱਚੇ ਇੱਕ ਡਿਜ਼ਾਇਰਡ ਬੈਂਡ ਸਕੋਰ ਜਾਂ 7 ਇੰਚ ਜਾਂ 6 ਇੰਚ ਲੈਣਾ ਚਾਹੁੰਦੇ ਉਹ ਆਪਣੀਆਂ ਸਕਿੱਲਸ 'ਤੇ ਜ਼ਰੂਰ ਕੰਮ ਕਰਨ ਕਿਉਂਕਿ ਆਇਲਸ ਇੱਕ ਇੱਦਾਂ ਦਾ ਐਗਜ਼ਾਮ ਹੈਗਾ ਜਿਹਦੇ ਵਿੱਚ ਗੈਸ ਵਰਕ ਨਹੀਂ ਚੱਲਦਾ ਬੱਚਿਆਂ ਨੂੰ ਜੋ ਵੀ ਟਾਰਗੇਟਡ ਸਕੋਰਸ ਨੇ ਉਹ ਐਫਰਟਸ ਦੇ ਨਾਲ ਹੀ ਮਿਲਦੇ ਆ ਅਤੇ ਸਕਿੱਲਸ ਨੂੰ ਇਨਹੈਂਸ ਕਰਕੇ ਮਿਲਦੇ ਆ ਅਤੇ ਬਾਕੀ ਪੈਰਾਮੀਟਰਸ ਨੂੰ ਜੋ ਵੀ ਐਗਜ਼ਾਮਿਨਰ ਜਿੱਦਾਂ ਉਹਨਾਂ ਦੇ ਐਗਜ਼ਾਮ ਨੂੰ ਚੈੱਕ ਕਰਦੇ ਉਹਨਾਂ ਚੀਜ਼ਾਂ ਨੂੰ ਟੈਕਨੀਕਲ ਆਸਪੈਕਟਸ ਨੂੰ ਜ਼ਰੂਰ ਸਮਝਣ ਕਿਉਂਕਿ ਉਹ ਤੋਂ ਬਿਨਾਂ ਅਸੀਂ ਇੱਕ ਡਿਜ਼ਾਇਰਡ ਸਕੋਰ ਨਹੀਂ ਲੈ ਸਕਦੇ ਜੀ ਬਿਲਕੁਲ ਜੀ ਦਰਸ਼ਕੋ ਇੱਕ ਛੋਟੀ ਜਿਹੀ ਗੱਲਬਾਤ ਸੀ ਜੀ ਇੱਥੋਂ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਜੀ ਦੇ ਨਾਲ ਜਿਨ੍ਹਾਂ ਨੇ ਮੇਰੇ ਬਹੁਤ ਸਾਰੀ ਕੁਐਰੀਜ਼ ਦੇ ਆਨਸਰ ਦਿੱਤੇ ਜੇਕਰ ਤੁਹਾਡੇ ਮਾਈਂਡ ਦੇ ਵਿੱਚ ਹਾਲੇ ਹੋਰ ਵੀ ਕੁਝ ਕੁਐਰੀਜ਼ ਨੇ ਕੁਝ ਪੁੱਛਣਾ ਚਾਹੁੰਦੇ ਹੋ ਫਿਰ ਹੇਠ ਲਿਖੇ ਨੰਬਰਾਂ 'ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਫਿਲਹਾਲ ਜੀ ਸੈਰ ਪੰਜਾਬ ਦੇ ਬੈਸਟ ਐਜੂਕੇਸ਼ਨ ਸਰਵਿਸਿਜ਼ ਅਵਾਰਡ ਦੇ ਨਾਲ ਪ੍ਰਿਯੰਕਾ ਕਰ ਰਹੀ ਹੈ ਜੀ ਆਈ ਕੈਨ ਇਸ ਮਾਈਂਡ